ਦੇ ਰਹਿ ਤਨ ਕੀ ਕਰਾ ਜੋਗੇ ਬਾਈ ਇਲੈਕਸ਼ਨ ਡਿਕਲੇਅਰ ਹੋ ਜੇ ਤਾ ਹਾਂਜੀ ਬਹੁਤ ਚੰਗੀ ਗੱਲ ਹੈ ਇਲੈਕਸ਼ਨ ਤਾਂ ਡਿਊ ਸੀਗਾ ਇਹ ਇਲੈਕਸ਼ਨ ਅਸੀਂ ਜੋ ਵੀ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਉਹਨੂੰ ਵੈਲਕਮ ਕਰਦੇ ਹਾਂ ਮੇਰਾ ਖਿਆਲ ਤਕਰੀਬਨ 28 ਦਿਨ ਰਹਿ ਗਏ ਨੇ ਹਾਂ ਚੋਣਾਂ ਦੇ ਅੰਦਰ ਔਰ ਲੜਾਂਗੇ ਡਟ ਕੇ ਪੇਨ ਤਾਂ ਕੰਟੀਨਿਊ ਚੱਲ ਰਹੀ ਸੀ ਸਰਪੰਚੀ ਚੱਲ ਰਹੀ ਸੀ ਹਾਂਜੀ ਉਹ ਸਰਪੰਚੀ ਦੇ ਚੋਣ ਸੀ ਅੱਜ ਕੋਡ ਆਫ ਕੰਡਕ ਖਤਮ ਹੋਣਾ ਸੀ ਅੱਜ ਦੁਬਾਰਾ ਫੇਰ ਗਿਦਰਬਾਜ ਕੋਡ ਆਫ ਕੰਡਕ ਲੱਗ ਗਿਆ ਔਰ ਮੇਰਾ ਖਿਆਲ ਚੋਣੇ ਦਾ ਸੀਜ਼ਨ ਵੀ ਜੋਰਾਂ ਤੇ ਹੈ ਪਰ ਬਾਕੀ ਇੱਥੇ ਆਲਰੇਡੀ ਜਿਹੜੇ ਲੋਕ ਨੇ ਉਹ ਬੜੇ ਸੋਝਵਾਨ ਨੇ ਕਿਤੇ ਬਾਰੇ ਬੜੇ ਸਿਆਣੇ ਲੋਕ ਨੇ ਬੜੇ ਸਮਝਦਾਰ ਲੋਕ ਨੇ ਇਹਨਾਂ ਨੇ ਬਾਏ ਇਲੈਕਸ਼ਨ ਵੀ ਵਖੇ ਇਹਨਾਂ ਨੇ ਜਨਰਲ ਇਲੈਕਸ਼ਨ ਵੀ ਵਖੇ ਇਹਨਾਂ ਨੇ ਵੱਡੇ ਤੋਂ ਵੱਡੇ ਇਲੈਕਸ਼ਨ ਵੀ ਵਖੇ ਇੱਥੇ ਮੁੱਖ ਮੰਤਰੀ ਵੀ ਵਖੇ ਇਹਨਾਂ ਨੇ ਮੰਤਰੀ ਵੀ ਵਖੇ ਸੋ ਜਨਤਾ ਫਿਕਸਡ ਹੈਗੀ ਹੈ ਕਿ ਨੂੰ ਕਿੱਥੇ ਵੋਟ ਪਾਣੀ ਆਰ ਜਨਤਾ ਬੜੀ ਸਿਆਣੀ ਹੈ ਉਹਨੂੰ ਪਤਾ ਹੈ ਵੀ ਮੈਂ ਕਿਸ ਕੋੜੇ ਤੇ ਦਾਅ ਲਾਉਣਾ ਹੈ ਕਿਉਂਕਿ ਜਿਹੜਾ ਮੈਨੂੰ ਲੱਗਦਾ ਹੈ ਕਿ ਲੋਕ ਸਮਝਦੇ ਹੈ ਕਿ ਜਿਹੜਾ ਲੰਬਾ ਚੱਲਣ ਵਾਲਾ ਹੋਵੇ ਸ਼ਾਰਟ ਟਰਮ ਫਾਇਦਾ ਨਹੀਂ ਵੇਖਦੇ ਲੋਕ ਕਈਆਂ ਨੂੰ ਲੱਗਦਾ ਵੀ ਸਰਕਾਰ ਐ ਬਾਈ ਇਲੈਕਸ਼ਨ ਐ ਉਹ ਸ਼ਾਰਟ ਟਰਮ ਫਾਇਦੇ ਨੇ ਕੀ ਤਾਜੇ ਫਾਇਦੇ ਵੀ ਸਾਨੂੰ ਡੇਢ ਸਾਲਾਸੇ ਇਹ ਗਿੱਦੜਵਾ ਦੇ ਲੋਕ RAM ਨਾਲ ਠੰਡਾ ਖਾਂਦੇ ਐ ਤੇ ਇਹ ਉੱਥੇ ਬੈਟ ਲਾਉਂਦੇ ਐ ਜਿਹੜਾ ਟੱਟੋ ਕੱਟ 25 30 ਸਾਲ ਜਿੱਥੇ ਇਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋਵੇ ਮਨ ਲੱਕੀ ਜਾਣ ਕਿ ਜਿਹੜਾ ਫਾਇਦਾ ਦੇ ਸਕੇ ਗਿੱਦੜਵਾ ਦੇ ਲੋਕਾਂ ਨੂੰ ਮੁਕਾਬਲੇ ਕਰਨਗੇ ਕਿ ਕਿਹਦੀ ਨਾਲ ਲੋਕ ਸਾਬੂ ਨੂੰ ਮੈਂ ਕਿੰਦਾ ਦੱਸ ਸਕਦਾ ਮੁਕਾਬਲਾ ਕੀ ਨੇ ਨਾਲੇ ਤਾਂ ਆਉਣ ਵਾਲਾ ਸਮਾਂ ਜਿਵੇਂ ਜਿਵੇਂ ਚੋਣਾਂ ਦੇ ਕਾਗਜ਼ ਭਰਾਂਗੇ ਦਿਨ-ਬਦਨ ਮੁਕਾਬਲਾ ਦਿਨ-ਬਦਨ ਬਦਲਦਾ ਹੈ ਦਿਨ-ਬਦਨ ਬਦਲਦਾ ਹੈ ਔਰ ਗਿੱਦਰ ਉਸ ਮਾਪੇ ਕੁਮੀਦਵਾਰ ਕਾਂਗਰਸ ਕੋਲ ਕਿਹੜੇ-ਕਿਹੜੇ ਹੈਗੇ ਜਦੋਂ ਦੇਖੇ ਟਾਈਮ ਦੱਸੇਗਾ ਜੀ ਹਾਈ ਕਮਾਂਡ ਨਾਲ ਚਰਚਾ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਪਾਵਾਂਗੇ ਕਿ ਸੰਭਾਵਿਕ ਕੰ ਉਮੀਦਵਾਰ ਗਿੱਦਰਬਾਚ ਕੌਣਗੇ ਗਿੱਦਰਬਾਦੀ ਪਬਲਿਕ ਤਾਂ ਡਿਮਾਂਡ ਮਰਤਾ ਬ੍ਰਿੰਗ ਨੂੰ ਕਹਿ ਰਹੀ ਹੈ ਜੀ ਤੁਹਾਡਾ ਪਬਲਿਕ ਡਿਮਾਂਡ ਕੀ ਹੈ ਲੋਕਾਂ ਦੀ ਕੀ ਹੈ ਕਾਂਗਰਸ ਪਾਰਟੀ ਦਾ ਕੀ ਫੈਸਲਾ ਹੈ ਇਹ ਹਾਈ ਕਮਾਂਡ ਨੇ ਫੈਸਲਾ ਜ਼ਰੂਰ ਇੱਕ ਅਦੇ ਦਿਨ ਚੜ੍ਹ ਕੇ ਬੰਨਣਾ ਫੈਸਲਾ ਫਤਵੇ ਦੇ ਕਰਕੇ ਤੇ ਅਸੀਂ ਕੈਂਡੀਡੇਟ ਅਨਾਉਂਸ ਕਰ ਫਤਵੇ ਦੀ ਕਿੰਨੀ ਕਮੀ ਨਗਰੀ ਹਾਂਜੀ ਜਿੱਤਨ ਦੀ ਕਿੰਨੀ ਕਮੀ ਨਗਰੀ ਜਿੱਤਨ ਦੀ ਉਮੀਦ ਹਰ ਬੰਦਾ ਜਿੱਤਨ ਅਸੇ ਚੋਣ ਲੜਦਾ ਹੈ ਕੋਈ ਹਾਰ ਨਸੇ ਦਾ ਚੋਣ ਲੜਦਾ ਹੀ ਨਹੀਂ ਹੈ ਜੀ ਔਰ ਬਾਬੇ ਦੀ ਕਿਰਪਾ ਨਾਲ ਗਿੱਧੜ ਬਿਆਲੇ ਨੇ ਤਾਂ ਹਮੇਸ਼ਾ ਹੀ ਮੇਰੇ ਮੱਥੇ ਤੇ ਤਿਲਕ ਲਾਇਆ ਪਹਿਲਾਂ ਮੁਕਾਬਲੇ ਚ ਥੋੜਾ ਜਿਹਾ ਫਰਕ ਰਿਹਾ ਗਿਆ ਸੀ ਜੀ ਤੁਹ ਕਿੰਨਾ ਕੁ ਲੱਗ ਰਿਹਾ ਹੈ ਮੱਬਾ ਕਿਹੜਾ ਫਰਕ ਜਿੱਤਨ ਦੇ ਵਰ ਤੋਂੜੇ ਰਗੇ ਸੀ ਵੋਟਰਾਂ ਪਹਿਲਾਂ ਲੋਕ ਟੜਦੇ ਜਾ ਰਹੇ ਆ। ਆਪ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਵਿੱਚ ਹਵਾ ਸੀ ਲੋਕ 40-60 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਏ। ਔਰ ਗਿੱਦੜਬਾ ਦੇ ਲੋਕਾਂ ਨੇ ਸਾਰੇ ਚੀਫ ਮਿਨਿਸਟਰ ਹਾਰ ਗਏ, ਆਂਢੀ ਗਵੰਢੀ ਹਾਰ ਗਏ। ਕਿ ਗਿੱਦੜਬਾ ਦੇ ਲੋਕਾਂ ਨੇ ਫਤਵਾ ਜਿਹੜਾ ਬੇਤਤਾਈ ਕੋਈ ਛੋਟੀ ਗੱਲ ਨਹੀਂ ਉਲਟ ਫੇਰ ਵੀ ਹੋਇਆ ਜਿਵੇਂ ਕਾਲੀ ਗੱਲ ਛੱਡ ਕੇ ਆਪ ਚ ਗਏ ਕੋਈ ਫਰਕ ਨਹੀਂ ਦੇਖੋ ਬੱਬਰ ਜੀ ਗੱਲ ਇਹ ਹੈ ਕਿ ਜਿਹੜੇ ਲੋਕ ਹੁਣ ਨਾ ਗਿੱਦੜ ਬਾਦ ਦੇ ਤਾਂ ਬਹੁਤ ਹੀ ਸਿਆਣੇ ਏ ਇਦਾਂ ਪਾਰਟੀ ਛੱਡਣ ਨਾਲ ਜਾਂ ਇਦਾਂ ਘਰਬਾਰ ਛੱਡਣ ਦੇ ਨਾਲ ਉਹ ਮੈਂ ਕਹਿੰਦਾ ਫਲਾਣੇ ਥਾਂ ਤੇ ਚਲੇ ਜਾਵਾ ਲੋਕ ਮੌਕਾ ਪ੍ਰਸਤ ਲੋਗਾ ਨੂੰ ਵੋਟ ਨਹੀਂ ਪਾਉਂਦੇ ਖਾਸ ਕਰਕੇ ਗਿੱਦੜ ਬਾਕੂ ਗਿੱਦੜ ਬਾ ਪੋਲੀਟੀਕਲੀ ਸਾਰੇ ਪੰਜਾਬ ਨਾਲੋਂ ਸੂਝਵਾਨ